ऐसा नाम निरंजन हो, ऐसा नाम निरंजन हो, ऐसा नाम जिवें कि एक थाली च खाण वाले एक घर के मैंबर बहुत समा कढ़िया, उन्होंने कदे पुत्रां रहण जी बोलिया, उन्होंने अंतिम अरदास में सारियां संगतां भैन भरा रिश्तेदार सज्जन मित्र अकाल मूदत अजुनी सवम गुरु प्रसाद। जैसे गलते बुद्ध बुद्धा उपज बिन सदीत, जग रचना तैसे रची को नानक सुन बीत। फरीदा किथे तड़े मापिया जिनी तू जनियो, तै पासो ओ नद गए तू अजो ना पतिरो। फरीदा पंख परौनी दुनी सुहावा बाग, नौबत वजी सुबह सो चलन का करसा, नौबत वजी सुबह सो चलन का करसा। आनंद गुण निधान तन तन गरीब निवा, गरीब निवा, गरीब निवा, गरीब निवा। अमरो करता राम सुने ही अमरो करता, राम सुने ही अमरो करता। काहे रे नर गर्व करत हो, काहे रे नर गर्व करत हो, बिरस जा दे बिरस दे। भाई साहब भाई महेंद्र सिंह जी नूं आप जी ने जितनी आरजू बख्श करनी कीती सी संपूर्ण करते हुए अकाल चलाणा कर चुके हन। सतगुरु जी पिछले परिवार ने कई रोज तो ਉਹਨਾਂ ਦੇ ਪਰਦਾਏ ਤੋਂ ਕੀ ਬਾਣੀ ਆਈ ਤਨ ਸਗਰੀ ਚਿੰਤ ਚਟਾਈ ਦਇਆਲ ਜੁਸਮ ਫਿਰਵਾਨਾ, ਹਰ ਨਾਨਕ ਦਾਜ ਬਖਾਨਾ ਜਪਾ ਜਾਪ ਸ੍ਰੀ ਸਹਿਜ ਪਾਠ ਕਰਿਆ ਆਰੰਭ ਕਰਵਾਏ ਗਏ ਸਾਧਨਾ ਅੰਮ੍ਰਿਤ ਵੇਲੇ ਭੋਗ ਪਾਏ।
ਉਪਰੰਤ ਸਜੇ ਪੰਡਾਲਾ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਦਿ ਨੂੰ ਸਿੱਧੀ ਦੇ ਵਾਸਤੇ ਕੀਰਤਨ ਵਿਖਿਆਲ ਹੋਏ ਹਨ, ਕਥਾਵਾਂ ਹੋਈਆਂ ਹਨ। ਆਪ ਜੀ ਨੇ ਕਿਰਪਾ ਕਰਨੀ ਪ੍ਰਵਾਸ ਵਿੱਚ ਹੋ ਆਪ ਗਵਾਇਆ, ਅਨ ਦਿਨ ਗੁਣ ਗਾਵੈ ਨਿਤ ਸਾਚੇ, ਗੁਰ ਕੈ ਸ਼ਬਦ ਸੁਹਾਇਆ। ਮੇਰੇ ਠਾਕੁਰ ਹਮ ਬਾਦਕ ਸਰਣ ਤੁਮਾਰੀ, ਏਕੋ ਸੱਚਾ ਸੱਚ ਨਾਨਕ ਨਾਵੋ, ਗਤ ਮਤ ਪਾਈ ਇਹਾ ਰਾਸ ਹਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਉਸ ਪਵਿੱਤਰ ਆਤਮਾ ਦੇ ਲਈ ਇਕੱਤਰ ਹੋਏ ਹਾਂ ਜੋ ਕੁਝ ਦਿਨ ਹੋਏ ਸਾਤੋਂ ਵਿਛੜ ਗਈ ਸੀ। ਸਾਹਿਬ ਮਹਿੰਦਰ ਸਿੰਘ ਦਾ ਪਰਿਵਾਰ ਕਿਸੇ ਜਾਣਕਾਰੀ ਦਾ ਮੁਤਾਜ ਨਹੀਂ ਹੈ। ਜੇ ਅਸੀਂ ਮਾਛੀਗੜ੍ਹ ਦੇ ਏਰੀਏ ਜਾਂ ਕੋਲ ਦੇ ਏਰੀਏ ਦੇ ਵਿੱਚ ਪਰਿਵਾਰ ਚੰਗੇ ਗਿਣੀਏ, ਬੁੱਧੀਜੀਵੀ, ਨੇਕ ਨੀਅਤ, ਮਿਹਨਤੀ, ਸਹਿਜਤਾ, ਦੈਵੀ ਜਾਇਓ, ਰਾਵਣ ਜਾਇਓ, ਜਾਂ ਕਹੋ ਬਹੁ ਪਰਿਵਾਰ, ਕਹੋ ਨਾਨਕ ਫਿਰ ਕਿਛ ਨਹੀਂ ਸੁਪਨੇ ਦੇ ਸੰਸਾਰ। ਚਿੰਤਾ ਤਾਂ ਕੀ ਕੀਜੀਏ ਜੇ ਅਣਹੋਣੀ ਹੋਏ, ਇਹ ਮਾਰਗ ਸੰਸਾਰ ਤੋਂ ਨਾਨਕ ਫਿਰ ਮਿਲਦੇ। ਜੋ ਉਪਦੇਸ਼ ਸੋ ਵਿਣਸ ਹੈ, ਪਰੋ ਆਜ ਕੇ ਕਾਲ ਹੈ, ਗਰੀਬ ਹੈ, ਭਗਤ ਹੈ, ਚੋਰ ਹੈ, ਕੋਈ ਵੀ ਹੈ, ਸਭ ਨੇ ਉਸ ਅਕਾਲ ਪੁਰਖ ਦੇ ਹੁਕਮ ਮੁਤਾਬਕ ਚਲੇ ਜਾਣਾ। ਜਿੱਥੇ ਤੱਕ ਸਰਦਾਰ ਮਹਿੰਦਰ ਸਿੰਘ ਜੀ ਕਰੀਬ 83-84 ਵਰ੍ਹਿਆਂ ਦੀ ਉਮਰ ਬਤੀਤ ਕਰਕੇ ਆਪਣੇ ਪਿੱਛੇ ਆਪਣੀ ਧਰਮ ਪਤਨੀ ਮਾਤਾ ਸੁਰਜੀਤ ਕੌਰ, ਚਾਰੇ ਪੁੱਤਰ ਅਜੈਬ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ ਅਤੇ ਬਲਜੀਤ ਸਿੰਘ ਅਤੇ ਪੋਤੇ ਪੋਤੀਆਂ ਅਤੇ ਵੱਧਦੇ ਰੱਬਦੇ ਮਾਤਾਓ, ਭੈਣੋ, ਬਜ਼ੁਰਗੋ ਅਤੇ ਭਰਾਓ, ਅੱਜ ਆਪਾਂ ਸਾਰੇ ਉਸ ਮਹਾਨ ਪ੍ਰਦੇਸ਼ ਸ਼ਖਸੀਅਤ ਸਰਦਾਰ ਮਹਿੰਦਰ ਸਿੰਘ ਜੀ ਪੰਧੇਰ, ਜੋ ਕਿ ਆਪਣੇ ਹੱਸਦੇ ਉਸਦੇ ਪਰਿਵਾਰ ਨੂੰ ਔਰ ਉਸ ਪਰਿਵਾਰੀ ਨੂੰ ਸਿੰਜਦੇ ਹੋਏ ਉਸ ਗੁਰੂ ਚਰਨਾਂ ਦੇ ਵਿੱਚ ਯਾਦ ਰਾਜੇ ਹੈ ਆਪਾਂ ਸਾਰੇ ਦੋਸਤ ਮਿੱਤਰ। ਕਿਉਂਕਿ ਜਦੋਂ ਇੱਕ ਪਰਿਵਾਰ ਦੇ ਵਿੱਚੋਂ ਇੱਕ ਬਾਪ ਦਾ ਗੁਰੂ ਜੀ ਗੀਤਾ ਜੀ ਸੰਗਤ ਜੀਓ, ਬਹੁਤ ਹੀ ਸਤਿਕਾਰਯੋਗ ਸਰਦਾਰ ਮਹਿੰਦਰ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਅੱਜ ਆਪਾਂ ਸ਼ਾਮਿਲ ਹੋਏ ਹਾਂ। ਮੈਂ ਤਾਂ ਇਹੀ ਜਾਣਦੀ ਹਾਂ ਜੀ ਕਿ ਜ਼ਿੰਦਗੀ ਜੀਣ ਦੇ ਦੋ ਹੀ ਤਰੀਕੇ ਨੇ। ਕਈ ਵਾਰੀ ਤਾਂ ਅਸੀਂ ਜ਼ਿੰਦਗੀ ਢੋ ਕੇ ਹੀ ਲੰਘ ਜਾਂਦੇ ਹਾਂ, ਪਰ ਜਾਂ ਜਿਸ ਪਰਿਵਾਰ ਦੀ ਸਿਫਤ ਕੀਤੀ ਜਾਵੇ ਜਾਂ ਸਰਦਾਰ ਮਹਿੰਦਰ ਸਿੰਘ ਬਾਰੇ ਦੱਸਿਆ ਜਾਵੇ ਕਿ ਉਹ ਕਿੱਡੇ ਮਿਹਨਤੀ ਸਨ ਅਤੇ ਇਸ ਪਰਿਵਾਰ ਨੂੰ ਬਾਹਰੋਂ ਆਏ ਪੰਜ ਸਰਪੰਚ ਮੇਰੀਆਂ ਬੀਬੀਆਂ ਭੈਣਾਂ ਮਾਤਾਵਾਂ ਵੀ ਕਰੋ ਆਪਾਂ ਸਾਰਿਆਂ ਨੇ ਸਰਦਾਰ ਮਹਿੰਦਰ ਸਿੰਘ ਜੀ ਦੇ ਜੀਵਨੀ ਬਾਰੇ ਸੁਣਿਆ। ਸਰਦਾਰ ਮਹਿੰਦਰ ਸਿੰਘ ਦਾ ਸਪੁੱਤਰ ਮੈਂ ਮਲਕੀਤ ਸਿੰਘ, ਮੈਂ ਆਈ ਹੋਈ ਸੰਗਤ ਦਾ ਸਾਰੀ ਦਾ ਦਿਲੋਂ ਤਹਿ ਦਿਲੋਂ ਧੰਨਵਾਦ ਕਰਦਾ ਜੋ ਇੱਦਾਂ ਦੇ ਮੌਸਮ ਦੇ ਵਿੱਚ ਵੀ ਸੰਗਤ ਪਹੁੰਚੀ ਆ ਔਰ ਨਗਰ ਪਹੁੰਚੇ ਨੇ, ਪੰਚਾਇਤਾਂ ਪਹੁੰਚੀਆਂ ਨੇ, ਢਿੱਡੋਂ ਸਾਹਿਬ ਪਹੁੰਚੇ ਨੇ, MLA ਪਹੁੰਚੇ ਨੇ, ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਭਾਈ ਸੰਗਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਉਹ
ਨਾਮ ਜਪ ਕੇ ਆਪਣੇ ਜਨਮ ਨੂੰ ਪਵਿੱਤਰਤਾ ਬਣਾ ਲਿਆ। ਸੰਸਾਰ ਉੱਤੇ ਆਉਣ ਦਾ ਲਾਹਾ ਨਾਮ ਜਪ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਸਮਝਾਉਣਾ ਕਰਦੇ ਨੇ, ਭਈ ਪ੍ਰਾਪਤ ਨਾਮ ਤੇ ਹੋਈਆ ਗੋਬਿੰਦ ਵਿਰਕੀ ਅਵਰ ਕਾਲ ਨਿਰਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਦਨਾਮ। ਸਤਿਗੁਰੂ ਜੀ ਕਹਿੰਦੇ ਜਿੱਥੇ ਦਰਿਆਵੀ ਕੰਮ ਕਰਨਾ ਫਿਰਨਾ ਦਰਿਆਵੀ ਕੰਮ ਤਾਂ ਸਾਰੇ ਇੱਥੇ ਦੇ ਸੁੱਖਾਂ ਦੇ ਸਾਧਨ ਨੇ, ਪਰ ਅਕਾਲ ਪੁਰਖ ਦਾ ਨਾਮ ਜਪਿਆ ਹੋਇਆ ਉਹ ਅੰਤ ਵੇਲੇ ਸਹਾਈ ਹੋਣਾ। ਜਿੱਥੇ ਅੰਤ ਵੇਲੇ ਕੋਈ ਨਾਲ ਨਹੀਂ ਖੜਨਾ ਹੈ, ਉੱਥੇ ਅਕਾਲ ਪੁਰਖ ਨੇ ਖੜਨਾ। ਦੱਸਾ ਤੂੰ ਸਮਰੱਥ ਜਿੱਥੇ ਉਹਦੇ ਨਾਮ ਨੇ, ਉੱਥੇ ਤੇਰੀ ਰੱਖ ਅਗਨੀ ਨਾਮ ਨੇ। ਸਤਿਗੁਰੂ ਦੀ ਕਿਰਪਾ ਕਰਦੇ ਆ, ਸਮਝਾਉਣਾ ਕਰਦੇ ਨੇ, ਭਾਈ ਥੋੜ੍ਹਾ ਹੀ ਸਮਾਂ ਆਪਾਂ ਨੇ ਲਾਉਣਾ। ਉਸ ਤੋਂ ਪ੍ਰਾਪਤ ਹਜ਼ੂਰੀ ਰਾਗ ਵੀ ਹਰਿਮੰਦਰ ਸਾਹਿਬ ਤੋਂ ਆਏ ਹੋਏ ਨੇ, ਜੀਵਾਂ ਆਖਿਆ ਜਾਂਦਾ ਹੈ। ਭਾਈ ਬਲਵਿੰਦਰ ਸਿੰਘ ਜੀ, ਭਾਈ ਬਲਵਿੰਦਰ ਸਿੰਘ ਜੀ ਬਾਅਦ ਵਿੱਚ ਉਹਨਾਂ ਦਾ ਸਮਾਂ ਹੈ, ਆਓ ਭਾਈ ਥੋੜ੍ਹਾ ਸਮਾਂ, 10-15 ਮਿੰਟ ਲੱਗ ਚੁੱਕੇ ਨੇ, 10-15 ਮਿੰਟ ਹੋਰ ਹੈ। ਆਪਣੇ ਘਰ ਨੂੰ ਪਵਿੱਤਰਤਾ ਬਣਾਉਣਾ, ਸਾਰੀ ਸੰਗਤ ਬੋਲੋ ਭਾਈ। ਕਉ ਨਾਨਕ ਫਿਰ ਕਠ ਨਹੀਂ ਸੁਪਨੇ ਜਿਉ ਸੰਸਾਰ, ਇਹ ਮਾਰਗ ਸੰਸਾਰ ਜਗਤ ਦੇ ਮਾਲਕ ਧਨ ਧਨ ਧਨ। ਜਿਵੇਂ ਕਿ ਇੱਕ ਥਾਲੀ ਚ ਖਾਣ ਵਾਲੇ ਇੱਕ ਘਰ ਦੇ ਮੈਂਬਰ ਬਹੁਤ ਸਮਾਂ ਕੱਢਿਆ, ਉਹਨਾਂ ਨੇ ਕਦੇ ਪੁੱਤਾਂ ਰੋਣ ਨਹੀਂ ਬੋਲਿਆ, ਉਹਨਾਂ ਦੀ ਅੰਤਿਮ ਅਰਦਾਸ ਨੇ ਸਾਰੀਆਂ ਸੰਗਤਾਂ ਭੈਣ ਭਰਾ ਰਿਸ਼ਤੇਦਾਰ ਸੱਜਣ ਮਿੱਤਰ ਪਰਮਾਤਮਾ ਖੁਸ਼ ਰਿਹਾ ਤੇ ਉਹਦਾ ਕਲੰਕ ਰੱਖਾ ਤੇ ਅੱਜ ਦਾ ਭਸਮਾ ਕਰੋ। ਹੱਤਿਆ ਨਾਲ ਲੱਥੀ ਤੇ ਤੀਰਥਾਂ ਦੇ ਭਰਮ ਦਾ ਫਿਰਿਆ ਤੇ 6 ਮਹੀਨੇ ਜਾਪ ਕੀਤਾ ਤੇ ਇਸ ਜਾਪ ਦਾ ਅੱਜ ਕਿੰਨੀ ਮੰਨਣਗੇ ਘੋਰ ਦੁਖੀਆਂ ਅਨੰਤ ਹੱਤਿਆ ਕਿੰਨੀਆਂ ਹੱਤਿਆ ਹੋਣਗੀਆਂ। ਜੈਸੇ ਪਾਵਤ ਤਾਸਕ ਤਸਮਨ ਕਰੋ, ਇਤਨੀ ਤਾਕਤ ਇਸ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਵਿੱਚ। ਤਾਂ ਇਹ ਤਾਂ ਮੈਂ ਇਸ ਸਮਾਜ 'ਚ ਆਇਆ ਹਾਂ ਕਿ ਸਾਡੇ ਧੰਨਾ ਗੋਪਾਲ ਜਿਹੜਾ ਆਲਦਾ ਜੋ ਜਨ ਗਰੀਬ ਭਗਤ ਕਰਨ ਤੇ ਤਿਲਕੇ ਗਾਜ ਸਵਾਰ ਦਾ ਗਾਲ ਸਿੰਘ ਦਾ ਮਾਰੀ ਚੰਗੇਰੀ ਘਰ ਕੀ ਗਈ ਹੈ ਚੰਗੀ ਜਦ ਧੰਨਾ ਲੈ ਮੰਗੀ। ਅੱਜ ਕੱਲ੍ਹ ਅੱਜ ਕੋਈ ਚੌੜਾ ਖਵਾ ਰਿਹਾ, ਅੱਜ ਕੋਈ ਬਾਦਲ ਖਵਾ ਰਿਹਾ, ਪਿੰਡਾਂ ਦੇ ਨਾਗ ਨੇ ਆਪਣੀ ਦਸਾਂ ਭੁੱਲ ਗਿਆ। ਭਾਈ ਬਾਲਾ ਸਿੰਧੂ ਜਦ ਸੁਣਾਈ ਜਦ ਅੰਗੋ ਸੰਪੇਸ਼ ਤੋਂ ਦਰਗੋ ਸਾਰੀ ਬਾਣੀ ਸੁਣਾਈ, ਕਿੰਨੀ ਤਾਕਤ ਸੀ ਉਹਨਾਂ ਜਿੱਤਾਂ ਵਿੱਚ, ਕਿੰਨੀ ਸਤਿਗੁਰ ਨੇ ਬਖਸ਼ਿਸ਼ ਕੀਤੀ ਬੜੇ ਦਰਬਾਰ ਸਾਹਿਬ ਦੇ। ਅੱਜ ਅਸੀਂ ਭੁੱਲ ਗਏ ਬੱਚੇ ਧੰਨਾ ਜੱਟ ਜੀ, ਔਰ ਇੱਥੇ ਨਹੀਂ ਕਿ ਸੈਦੋ ਘਿਓ ਜੱਟ ਗੁਰੂ ਨਾਨਕ ਦੇਵ ਜੀ ਨੂੰ ਸੱਚ ਕਰਾਂ। ਸੋ ਪਿਆਰੇ ਸਾਹਿਬ ਜੀ, ਮੈਂ ਇਸ ਪਾਸੇ ਨਹੀਂ ਜਾਣਦਾ, ਜਿਹੋ ਜੀ ਬਾਣੀ ਸਤਿਗੁਰੂ ਭੇਜਦਾ ਸਵਾਈ ਹੈ ਸਾਡੇ ਵੀਰਾਂ ਦਾ ਖਾਜ ਸੀ। ਬਸ ਤੁਸੀਂ 2-4 ਮਿੰਟ ਬੋਲੋ। ਸੋ ਪਿਆਰੀ ਸਾਹਿਬ ਜੀ ਨੂੰ ਸਮਾਂ ਮਿਲਿਆ ਤੇ ਕਿੰਨੇ ਅਵਤਾਰ ਕਿੰਨੇ ਹੋਏ, ਕੋਈ ਸਮਾਂ ਆਇਆ ਫਿਰ ਦੱਸਾਂਗੇ। ਸੋ ਮੈਂ ਇੱਥੇ ਹੀ ਸਮਾਪਤੀ ਕਰਦਾ। ਆਪਾਂ ਸਾਰੀਆਂ ਸੰਗਤਾਂ ਨੇ ਸਰਦਾਰ ਦੇ ਅੰਤਿਮ ਅਰਦਾਸ ਚ ਹਾਜ਼ਰ ਪਰ ਲੋਕ ਸਹੀ ਲੇ ਨਾਨ ਘਰ ਦਬੇ ਆਪੇ ਮੇਲੇ ਨਿਰਭਉ ਸਾਹ
जैसे गलते बुद्ध बुद्धा उपज बिन सदी जग रचना तैसे रची नानक सुन मीत फरीदा किथे तड़े माँ पिया जिनी तू जनियो तै पासों लग गए तू अजो ना पतिरो परौनी दुनी सुहावा बाग नौबत वजी सुबह सो चलन का करसा नौबत वजी सुबह सो चलन का करसा आनंद गुण निधान तन तन गरीब निवा गरीब निवा गरीब निवा गरीब निवा हम जो करता राम सुने ही हम जो करता राम सुने ही हम जो करता काहे रे नर गर्भ करत हो काहे रे नर गर्भ करत हो बिरस जा Hey.
Yeah.
ਅਰਦਾਸ ਬੇਨਤੀ ਕਰਨੀ ਹੈ ਕਿ ਜਾਣੇ ਅਣਜਾਣੇ ਜੀਵਨ ਯਾਤਰਾ ਕਰਦਿਆਂ ਇਹ ਸੰਸਾਰ ਦੇ ਵਿਚਰਦਿਆਂ ਜੀਵ ਪਾਸੋਂ ਹੋਈਆਂ ਭੁੱਲਾਂ ਕਮਾ ਕਰਨੀ ਸਤਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਕਰਨਾ ਵਿਖੇ ਨਿਵਾਸ ਸਦੀਵੀ ਨਿਵਾਸ ਬਖਸ਼ਿਸ਼ ਕਰਨ ਔਰ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਸਤਿਗੁਰੂ ਅੰਗ ਸੰਸਾਈ ਹੋਣ
ਪਰਿਵਾਰ ਦੇ ਦੇਸ਼ ਪ੍ਰਦੇਸ਼ ਸਭ ਤੋਂ ਆਪ ਸਹਾਈ ਹੋਣ ਔਰ ਚਰਨਾਂ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨ, ਸਭ ਤੋਂ ਨਾਮ ਬਾਣੀਆਂ ਨੂੰ ਪਿਆਰ ਬਖਸ਼ਣ। ਇਹ ਅਰਦਾਸ ਆਪਾਂ ਸਾਰਿਆਂ ਦੀ ਬਾਪੂ ਮਹਿੰਦਰ ਸਿੰਘ ਇਹਨਾਂ ਦੇ ਜੀਵ ਪਾਤਵਾਂ ਦੇ ਪ੍ਰਤੀ ਕਰਨੀ ਹੈ। ਸੋ ਹਾਜ਼ਰੀਆਂ ਭਰਦਿਆਂ, ਕੀਰਤਨ ਕਰਦਿਆਂ, ਬਾਣੀ ਪੜ੍ਹਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਸਮੇਂ ਦੀ ਸਮਾਪਤੀ ਹੈ। ਆਨੰਦ ਸਾਹਿਬ ਜੀ ਦੇ ਪਾਠ ਆਪਾਂ ਸਾਰਿਆਂ ਨੇ ਬੜੇ ਪਿਆਰ ਦੇ ਨਾਲ ਅੰਮ੍ਰਿਤ ਬਾਣੀ ਦਾ ਜਾਪ ਕਰਨਾ ਹੈ। ਉਪਰੰਤ ਸਮਾਪਤੀ ਆਓ ਜੀ ਪਾਵਨ ਬਾਣੀ ਆਨੰਦ ਸਾਹਿਬ ਜੀ ਦੇ ਨਾਲ ਜੁੜ ਜਾਈਏ। ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਨੇ ਪਾਇਆ ਸਹਿਜ ਸਿੱਧੀ ਸ਼ਬਦ ਸ਼ਬਦ ਤਾਂ ਹਰੀ ਮੇਰਾ ਮਨ ਜਨੀ ਵਸਾਇਆ ਏ ਮਨ ਮੇਰਿਆ ਤੂੰ ਸਦਾ ਰੁਖ ਨਾ ਦੇ ਅੰਗੀਕਾਰ ਕਹਿ ਨਾਨਕ ਮਨ ਮੇਰੇ ਸਦਾ ਰੁਖ ਨਾ ਦੇ ਤੇਰਾ ਚੱਕ ਜੈ ਜਿਸਦੇ ਸੁਭਾਵੇ ਸਦਾ ਸੁਖ ਸਲਾਹ ਤੇਰੇ ਨਾਮ ਮਨ ਵਸਾਏ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੀ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਮੇਰਾ ਦਾਰ ਮੇਰਾ ਜਿਨ ਭੁੱਖਾ ਸਭ ਦਵਾਰ ਸਦਾ ਕੁਰਬਾਨ ਕੀਤਾ ਗੁਰੂ ਤੋਂ ਜਿਸ ਨੇ ਵਡਿਆ ਸਾਚਾ ਨਾਮ ਮੇਰਾ ਆਧਾਰ ਬਾਜੇ ਪੰਚ ਸ਼ਬਦ ਤਕਾਰ ਸੁਭਾਗਾ ਪੰਚ ਗੁਰੂ ਤੁਸ ਵਾਸਨ ਕੀਤੇ ਕਾਲ ਕੰਠ ਕੁਮਾਰ ਔਰ ਕਰਮ ਪਾਇਆ ਤੁਹਾਡੇ ਕੋਲ ਉਤਰੇ ਸੁਣੀ ਸੰਤ ਸੰਤ ਸਾਜਨ ਸੁਣ ਕੇ ਪੁਨਿਤ ਕਰਕੇ ਪੁਨਿਤ ਸਤਗੁਰ ਲਿਖਿਆ ਪਰ ਚੰਨੀ ਨਾਮ ਧਿਆਇਆ ਸੰਗਤ ਕਾਲ ਕੀਤੀ ਛੁੱਟੀ ਨਾ ਜਿੰਨੀ ਨਾਮ ਧਿਆਇਆ ਗਏ ਸੰਗਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਬਹਾਦਰ ਸਿਮਰਿਆ ਭਾਈ ਸਤਿ ਸਾਈ ਗੁਰੂ ਜੀ ਸਹਾਇ ਦਸਵੇਂ ਪਿਤਾ
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਹਾਈ ਗੜ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਬ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਹੀਆਂ ਮੂਰਤੀਆਂ ਹੱਟੀਆਂ ਜੱਗੀਆਂ ਦੱਸੀਆਂ ਜਿਨ੍ਹਾਂ ਗੁਰਮੁਖਾਂ ਨੇ ਨਾਮ ਦਿੱਤਿਆ ਵੰਡ ਕੇ ਛੱਗਿਆ ਦੇਵ ਚਲਾਈ ਦੇਵ ਵਾਹਿਗੁਰੂ ਦੇਖ ਕਿਆ ਨਟ ਕੀਤਾ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ। ਸਿੰਘਾਂ ਸੁੰਘਣੀਆਂ ਦੇ ਧਾਰਨਾ ਦੇਸ ਸੀਸ ਉੱਤੇ ਵੰਦ ਵੰਦ ਪਟਵਾਰੇ ਉਪਰੀਆਂ ਲੁਹਾਈਆਂ ਚਰਕੜੀਆਂ ਅਤੇ ਜੜੇ ਤਨ ਆਰਿਆਂ ਨਾਲ ਚਲਾਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਧਰਨੀ ਹਾਰਿਆ ਸਿੱਖੇ ਕੇਸਾਂ ਸਵਾਸਾਂ ਸੰਗ ਨਿਭਾਈ ਕਿਰਾਂ ਸੁੰਘਣੀਆਂ ਭੁਜਾਂ ਫੌਜਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਦਫ਼ਤਰਾਂ ਤੋਂ ਬਾਅਦ ਵਾਹਿਗੁਰੂ ਵਾਹਿਗੁਰੂ ਜਿਤਾਵੇ ਜਿਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਸਾਹ ਸਾਹ ਰੱਖਿਆ ਰਿਆਇਤ ਦੇਵ ਦੇਵ ਫਤਿਹ ਬਿਰਜ ਕੀ ਪੈਜ ਪੰਥ ਕੀ ਜੀਵ ਸ੍ਰੀ ਨੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੀਰਤ ਦਾਨ ਰਹਿਤ ਦਾਨ ਨਾਮ ਦਾਨ ਨੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੀ ਦਰਸ਼ਨ ਖਿਲਾਣ ਚੌਂਕੀਆਂ ਝੰਡੇ ਗੁੰਬੇ ਜੁਗੋ ਜੁਗਾ ਨਾਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਆਪ ਜੀ ਕੇ ਸਿੱਖਾਂ ਨਾ ਮਾਨੀ ਮਾਂ ਮਤ ਜੀ ਮਤ ਪਤ ਕਾ ਰਾਖਾ ਸਿੰਘ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਦਰ ਜੀ ਉਸਨੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਧਾਮਾਂ ਜਿਨ੍ਹਾਂ ਤੋਂ ਪੰਥ ਗ੍ਰੰਥ ਮਹਾਰਾਜ ਜੀ ਵਾਸੀਆਂ ਦੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਨੂੰ ਆਪ ਜੀ ਨੇ ਜਿਤਨੀ ਆਰਜੂ ਬਖਸ਼ਿਸ਼ ਕਰਨੀ ਕੀਤੀ ਸੀ ਸੰਪੂਰਨ ਕਰਦੇ ਹੋਏ ਅਕਾਲ ਚਲਾਣਾ ਕਰ ਚੁੱਕੇ ਹਨ। ਸਤਿਗੁਰੂ ਜੀ ਪਿਛਲੇ ਪਰਿਵਾਰ ਨੇ ਕਈ ਰੋਜ਼ ਤੋਂ ਉਹਨਾਂ ਦੇ ਪਰਦਾਏ ਤੋਂ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਦਇਆਲ ਜੁਸਮ ਫਿਰਵਾਨਾ ਹਰ ਨਾਨਕ ਦਾਜ ਬਖਾਨਾ ਜਪਾ ਜਾਪ ਸ੍ਰੀ ਸਹਿਜ ਪਾਠ ਕਰਿਆ ਆਰੰਭ ਕਰਵਾਏ ਗਏ ਸਾਰਾ ਅੰਮ੍ਰਿਤ ਵੇਲੇ ਭੋਗ ਪਾਏ ਉਪਰੰਤ ਸਜੇ ਪੰਡਾਲਾ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਤਮ ਸਿੱਧੀ ਦੇ ਵਾਸਤੇ ਕੀਰਤਨ ਵਿਖਿਆਤ ਹੋਏ ਹਨ ਕਥਾਵਾਂ ਹੋਈਆਂ ਹਨ। ਆਪ ਜੀ ਨੇ ਕਿਰਪਾ ਕਰਨੀ ਪ੍ਰਭਾਂ ਨੂੰ ਥੋੜ੍ਹੇ ਜਿਹੇ ਪਛਾਕੇ ਭੇਟਾ ਕੀਤੇ ਗਏ ਨੇ ਅੰਗੀ ਵਾਹਿਗੁਰੂ ਸੇਵਾਦਾਰਾਂ ਦੇ ਲੋਕ ਪ੍ਰਲੋਕ ਪੜਦੇ ਕਜਣੇ ਕੀਰਤਨ ਵਿਖਿਆਤ ਕਰਦਿਆਂ ਤੋਂ ਹੋਈਆਂ ਭੁੱਲਾਂ ਚੁੱਕਾਂ ਸਮਾਂ ਕਰਨੀਆਂ ਹਾਜ਼ਰੀਆਂ ਲਿਖ ਕੇ ਚਲੋ ਹੁਕਮਰਾਂ ਦੇ ਬਖਸ਼ਿਸ਼ ਕਰੋ ਨਗਰੀ ਨਗਰ ਨਿਹਾਲ ਕਰੋ ਸੁੱਖ ਹੋਵੇ ਨਾਮ ਆਵੇ ਘਰ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣ ਸੁਖ ਹੋਵੇ ਦਿਨ ਰਾਤੀ ਮੈਂ ਮੂਰਖ ਕੀ ਚੇਤ ਬਾਤ ਹੈ ਕੋਟ ਬਰਾਦੀ ਕਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰ ਪਾਸ ਨਾ ਪ੍ਰਿਆ ਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵਕ ਸੇਵਕ ਰਹਿ ਸਭ ਤੇਰੀ ਜਿਨ ਸਬਦ ਹੈ ਸਾਧ ਨਾਨਕ ਨਾਮ ਗਤ ਮਤ ਪਾਈ ਇਹਾ ਰਾਸ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਉਸ ਪਵਿੱਤਰ ਆਤਮਾ ਦੇ ਲਈ ਇਕੱਤਰ ਹੋਏ ਹਾਂ ਜੋ ਕੁਝ ਦਿਨ ਹੋਏ ਸਾਤੋਂ ਵਿਛੜ ਗਈ ਸੀ
ਸਾਹਿਬ ਮਹਿੰਦਰ ਸਿੰਘ ਦਾ ਪਰਿਵਾਰ ਕਿਸੇ ਜਾਣਕਾਰੀ ਦਾ ਮੁਤਾਜ ਨਹੀਂ ਹੈ। ਜੇ ਅਸੀਂ ਮਾਛੀਗੜ੍ਹ ਦੇ ਏਰੀਏ ਜਾਂ ਕੋਲ ਦੇ ਏਰੀਏ ਦੇ ਵਿੱਚ ਪਰਿਵਾਰ ਚੰਗੇ ਗਿਣੀਏ, ਬੁੱਧੀਜੀਵੀ, ਨੇਕ ਨੀਅਤ, ਮਿਹਨਤੀ, ਸਹਿਜਤਾ, ਦੈਵੀ ਗੁਣ ਕਹਿੰਦੇ ਇਹਨਾਂ ਨੂੰ, ਨਿਮਰਤਾ ਵਾਲੇ, ਤਾਂ ਉਹਨਾਂ ਦੇ ਵਿੱਚੋਂ ਪੰਜ ਸੱਤ ਪਰਿਵਾਰਾਂ ਦੇ ਵਿੱਚੋਂ ਇਹ ਇੱਕ ਪਰਿਵਾਰ ਹੈ। ਇਹਨਾਂ ਦਾ ਪਿਛਲਾ ਪਿੰਡ ਕਰਨਾ ਮੈਂ ਵਿੱਦਿਆ ਪ੍ਰਾਪਤ ਕੀਤੀ ਮੇਰੇ ਸਰਕਾਰ ਦੇ ਭੱਟੀ ਸਾਹਿਬ ਬੈਠੇ ਨੇ ਉਹਨਾਂ ਕੋਲੋਂ, ਡਿਸਪਾਂਸਰੀ ਭੱਟੀ ਪੁਆਬ ਤੋਂ। ਉਹ ਮੇਰੇ ਮੁਖੀ ਬਣ ਕੇ, ਹੈੱਡਮਾਸਟਰ ਸਾਹਿਬ ਬਣ ਕੇ ਮੇਰੇ ਕੋਲ ਮੇਰੇ ਸਕੂਲ ਆਏ ਅਤੇ ਗੱਲ ਚੱਲੀ ਕਿ ਸਾਹਿਬ ਮਹਿੰਦਰ ਸਿੰਘ ਦੇ ਘਰ ਆਪਣੀ ਲੜਕੀ ਦੀ ਗੱਲ ਸਰਕਾਰ ਆ, ਜੋ ਉਹਨਾਂ ਵਿੱਚ ਨਿਮਰਤਾ ਹੈ ਉਹ ਕਿਤੇ ਹੋਰ ਨਹੀਂ ਮਿਲਦੀ ਹੈਗੀ, ਤੁਸੀਂ ਪੁੱਛਣ ਪਛਾਉਣ ਦੀ ਕੋਈ ਲੋੜ ਨਹੀਂ। ਸਾਹਿਬ ਸੁਹੇਬ ਸਿੰਘ, ਸਾਹਿਬ ਬਲਦੇਵ ਸਿੰਘ, ਸਾਹਿਬ ਮਨਜੀਤ ਸਿੰਘ, ਇਹ ਕੈਨੇਡਾ ਦੇ ਵਿੱਚ ਵੀ, ਅਮਰੀਕਾ ਵਿੱਚ ਇਹਨਾਂ ਦਾ ਕਾਰ ਵਿਹਾਰ ਹੈ, ਖੇਤੀਬਾੜੀ ਤਾਂ ਇਹਨਾਂ ਨੇ ਹੁਣ ਛੱਡ ਦਿੱਤੀ ਆ, ਇਹਨਾਂ ਦੇ ਬੱਚੇ ਵੀ ਉੱਥੇ ਹੀ ਨੇ। ਮੈਂ ਜਿੱਥੋਂ ਤੱਕ ਬਾਪੂ ਜੀ ਨੂੰ ਦੇਖਿਆ ਜਾਂ ਮੈਂ ਸੁਣਿਆ ਹੈ, ਕਿਉਂਕਿ ਸਾਡਾ ਰਿਸ਼ਤਾ ਜੋ ਹੋ ਗਿਆ ਕਿ ਸਵੇਰੇ ਸਾਡੇ ਹਰ ਰੋਜ਼ ਕੇਸ਼ੀ ਇਸ਼ਨਾਨ ਕਰਨਾ, ਕੇਸ਼ੀ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਚੌਲ ਜਾਂ ਪੇਸ਼ੈਂਟ ਉਹਨਾਂ ਨੂੰ, ਮਰੀਜ਼ਾਂ ਨੂੰ, ਕਿ ਤੁਹਾਡਾ ਇਹਦਾ ਜੀਣ ਨੂੰ ਬਹੁਤ ਰੂਹ ਕਰਦੀ ਆ, ਤੁਹਾਡੀ ਜੀਣ ਨੂੰ ਬਹੁਤ ਰੂਹ ਕਰਦੀ ਆ, ਕਿਉਂਕਿ ਜਿੱਤ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈ ਆ ਕੂੜ ਨੂੰ ਪੱਤ ਖਿਲਾ ਰਹੀ ਆ, ਜਿੱਥੇ ਇੱਥੇ ਉਹਨਾਂ ਨੇ ਆਪਣੀ ਸੁਗੰਧੀ ਫੈਲਾਈ ਆ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿੱਥੇ ਅਸੀਂ ਇਹਨਾਂ ਦੇ ਸੀਸ ਝੁਕਾਉਂਦੇ ਹੋਏ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਸੀਂ ਅੱਜ ਅਰਦਾਸ ਬੇਨਤੀ ਕਰਨ ਲਈ ਇੱਥੇ ਇਕੱਤਰ ਹੋਏ ਹਾਂ। ਅਤੇ ਇਹ ਵੀ ਕਹਿੰਦੇ ਹਾਂ ਕਿ ਇਹ ਮਹਾਰਾਜ ਵਿਖੇ ਚੁੱਕੀ ਆਤਮਾ ਨੂੰ ਆਪਣੇ ਸ਼ਰਧਾ ਦੇ, ਅਸੀਂ ਸ਼ਰਧਾ ਦੇ ਫੁੱਲ ਲੈ ਕੇ ਭੇਜਿਆ ਹੈ ਪਰਮਾਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਮਾਜ਼ ਵਾਸੀ। ਉੱਥੇ ਅਸੀਂ ਅੱਜ ਇਹ ਵੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਅਰਜੋਈ ਬੇਨਤੀ ਕਰੀਏ ਕਿ ਹੇ ਮਹਾਰਾਜ, ਅਸੀਂ ਵੀ ਸਾਹਿਬ ਮਹਿੰਦਰ ਸਿੰਘ ਵਾਂਗੂ ਇੱਥੋਂ ਜੀਵਨ ਸਫਲ ਕਰਕੇ ਜਾਈਏ, ਨਫ਼ਰਤ ਦੇ ਪਾਤਰ ਬਣ ਕੇ ਨਾ ਜਾਈਏ, ਸਾਨੂੰ ਲੋਕ ਹੋਏ ਤੋਂ ਇਹਨਾਂ ਕਾਰਨ, ਕਿਉਂਕਿ ਗੁਰਬਾਣੀ ਵਿੱਚ ਵੀ ਲਿਖਿਆ ਕਿ ਦੁਨੀਆ ਸੇਵ ਕਮਾਈਆ ਤਾਂ ਦਰਗਾਹ ਦਸਣ ਪਾਈਆ, ਆਵਾਜ਼ੇ ਫਲਕਤ ਨਗਾਰੇ ਫੁਲਾ। ਅਸੀਂ ਜਾਣਾ ਹੈ ਜੋ ਜੋ ਸੋ ਬਿੰਦਸਾ ਤਰੇ ਆਵਾਜ਼ ਕੇ ਕਾਲ, ਹਰ ਨਾਨਕ ਗਾਇਨ ਲਾਇਕ ਸਾਰ ਸੰਗਤ ਨਾਲ, ਜੈਸੇ ਜਲਤੇ ਬੁੱਧ ਬੁਧਾ ਉਪਜਿਆ ਬਿੰਦਸੇ ਨੀਤ, ਜਗ ਰਚਨਾ ਐਸੇ ਰਚੀ ਭਾਉ ਨਾਨਕ ਸੁਣੀ। ਇਹ ਪ੍ਰਮਾਤਮਾ ਸਾਡੇ ਤੇ ਬਖਸ਼ਿਸ਼ ਕਰੀ ਮਹਾਰਾਜ, ਅਸੀਂ ਵੀ ਜਾਣਾ ਹੈ ਸਾਡੇ ਵੀ ਕੱਲ ਨੂੰ ਕੋਈ ਗੁਣ ਗਾਇਨ ਕਰੇ, ਜੇ ਅਸੀਂ ਇੱਥੇ ਪ੍ਰਵਾਨ ਹਾਂ ਤਾਂ ਉਹ ਮਨੁੱਖ ਗਾਹਾਂ ਵੀ ਪ੍ਰਵਾਨ ਹੈ। ਸੋ ਮੇਰੇ ਕੋਲ ਬੜੇ ਬੁਲਾਰਿਆਂ ਦੀ ਲਿਸਟ ਹੈ, ਮੈਂ ਇਸ ਪਰਿਵਾਰ ਦੇ ਨਾਲ ਤੁਹਾਡਾ ਇੱਥੇ ਪਹੁੰਚਣ ਤੇ, ਕਿਉਂਕਿ ਇਹ ਧਰਤੀ ਉੱਤੇ ਸਵੇਰੇ ਮੀਂਹ ਪੈਣ ਕਰਕੇ ਬੜਾ ਸੇਵਾਦਾਰਾਂ ਨਾਲ ਬੱਚਿਆਂ ਨਾਲ ਬੜੀ ਮਿਹਨਤ ਮੁਸ਼ਕਤ ਕਰਨੀ ਪਈ, ਇਹ ਗਿੱਲਾ ਹੋ ਗਿਆ, ਭਾਪ ਜੀ ਨੂੰ ਸਭ ਨੂੰ ਬਹੁਤ ਜ਼ਿਆਦਾ ਸੁਵਿਧਾ ਹੋਈ ਹੋਵੇਗੀ ਬਾਰਿਸ਼ ਕਰਕੇ ਕਿ ਗਏ ਰਾਵਣ ਗਏ ਜਾਂ ਕਹੋ ਬਹੁ ਪਰਿਵਾਰ, ਕਹੋ ਨਾਨਕ ਫਿਰ ਕਿਛ ਨਹੀਂ ਸੁਪਨੇ ਦੇ ਸੰਸਾਰ, ਚਿੰਤਾ ਤਾਂ ਕੀ ਕੀਜੀਏ ਜੇ ਅਣਹੋਣੀ ਹੋਏ, ਇਹ ਮਾਰਗ ਸੰਸਾਰ ਤੋਂ ਨਾਨਕ ਫਿਰ ਮਿਲਦੇ, ਜੋ ਉਪਜਿਓ ਸੋ ਵਿਣਸ ਹੈ, ਕਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੇ, ਛਾੜ ਸਗਲ ਜੰਜਾਲ ਦੇ ਮਹਾਂਭਾਗ ਅਨੁਸਾਰ, ਜੋ ਵੀ ਜੀਵ ਆਤਮਾ ਇਸ ਮਾਤ ਲੋਕ ਵਿੱਚ ਆਉਂਦੀ ਹੈ ਉਸਦਾ ਜਨਾ ਦੇ ਵੱਡੇ ਭਰਾ ਦਾ, ਇੱਥੇ ਸਾਰੇ ਜਾਣਦੇ ਹਾਂ ਕਿ ਸਾਰਾ ਬੰਜਰ ਇਲਾਕਾ ਸੀ, ਬਲਦਾਂ ਨਾਲ ਵਾਹੀ ਹੁੰਦੀ ਸੀ ਅਤੇ ਇਲਾਕੇ ਦੇ ਵਿੱਚੋਂ ਸਿਰ ਕੱਟ ਪਿੱਛੇ ਕੇ ਪਰਿਵਾਰ ਸੀ ਅਤੇ ਸਭ ਤੋਂ ਵੱਡੇ ਬਲਦਾਂ ਦੀਆਂ ਜੋੜੀਆਂ ਗਿਣੀਆਂ ਜਾਂਦੀਆਂ ਸੀ ਉਹਨਾਂ ਦਿਨਾਂ ਦੇ ਵਿੱਚ, ਅੱਜ ਟਰੈਕਟਰ ਗਿਣੇ ਜਾਂਦੇ, ਉਹਨਾਂ ਦਿਨਾਂ 'ਚ ਬਲਦਾਂ ਦੀਆਂ ਜੋੜੀਆਂ ਗਿਣੀਆਂ ਜਾਂਦੀਆਂ ਸੀ, ਇਹਨਾਂ ਦੀਆਂ 8 ਜੋੜੀਆਂ ਸੀ ਦੋਨਾਂ ਭਰਾਵਾਂ ਦੀਆਂ। ਅਤੇ ਸਭ ਤੋਂ ਪਹਿਲਾਂ ਸਰਦਾਰ ਕਿਰਪਾਲ ਸਿੰਘ ਜੀ ਘੁਮਾਣਾ ਨੇ 22 ਲਾਸ ਟਰੈਕਟਰ ਲਿਆ ਸੀ, ਅਤੇ ਦੂਸਰਾ ਜਦੋਂ ਹੋਰ ਟਰੈਕਟਰ ਆਇਆ ਇਸ ਪਰਿਵਾਰ ਵਿੱਚ ਸਭ ਤੋਂ ਪਹਿਲਾਂ ਉਹ ਟਰੈਕਟਰ ਆਇਆ ਸੀ, ਉਸ ਤੋਂ ਬਾਅਦ ਹੋਰ ਇਲਾਕੇ ਦੇ ਵਿੱਚ ਟਰੈਕਟਰ ਆਏ, ਅਤੇ ਇਹਨਾਂ ਦਾ ਕੰਪੀਟੀਸ਼ਨ ਸੀ ਪਹਿਲਾਂ ਦੋਨਾਂ ਭਰਾਵਾਂ ਦਾ ਅਤੇ ਫਿਰ ਇਲਾਕੇ ਦਾ। ਸਭ ਤੋਂ ਪਹਿਲਾਂ ਫਸਲ ਕਿਹਨੇ ਬੀਜਣੀ ਆ, ਸਭ ਤੋਂ ਪਹਿਲਾਂ ਫਸਲ ਵੱਢਣੀ ਕਿਹਨੇ ਆ, ਅਤੇ ਉਸ ਨੂੰ ਫਸਲ ਨੂੰ ਬੱਚਿਆਂ ਤੋਂ ਵੱਧ ਪਿਆਰ ਕਰਦਿਆਂ ਹੋਇਆਂ ਇਲਾਕੇ ਲਈ ਨਮੂਨਾ ਹੁੰਦਾ ਸੀ ਕਿ ਸਰਦਾਰ ਮਹਿੰਦਰ ਸਿੰਘ ਉਹਨਾਂ ਦੇ ਜਾ ਕੇ ਦੇਖ ਲਓ ਕਿਸ ਤਰੀਕੇ ਨਾਲ ਖੇਤੀ ਕਰਦੇ ਹਨ। ਅੱਜ ਗੁਰੂ ਦੀ ਬਖਸ਼ਿਸ਼ ਆ ਸਾਰੇ ਪਰਿਵਾਰ ਦੇ ਉੱਤੇ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਦੀ ਗਤੀ ਦੇ ਕੁਛ ਗੁਰੂ ਨੂੰ ਵੰਡਾਇਆ, ਸੰਸਾਰ ਵਿੱਚ ਉਹਨਾਂ ਦਾ ਨਾਂ ਹੈ। ਖਾਲਸਾ ਜੀ, ਮੈਂ 2 ਮਿੰਟ ਲੈ ਰਿਹਾ ਕਿਉਂਕਿ ਜ਼ਰੂਰੀ ਚਿੰਤਾਵਾਂ ਨੇ ਆਪਣੀਆਂ ਜਿਹੜੀਆਂ, ਉਹਨਾਂ ਤੋਂ ਅੱਜ ਆਪਾਂ ਵਖਰੀਵਿਆਂ ਦੇ ਵਿੱਚ ਨਿਕਲਦੇ ਜਾ ਰਹੇ ਹਾਂ। ਜਿਸ ਗੁਰੂ ਦੀ ਹਾਜ਼ਰੀ ਦੇ ਵਿੱਚ ਆਪਾਂ ਬੈਠੇ ਹਾਂ, ਗੁਰੂ ਨਾਨਕ ਪਾਤਸ਼ਾਹ ਨੇ
ਇੱਕ ਓਂਕਾਰ ਦੀ ਬਾਣੀ ਦਾ ਆਰੰਭ ਕੀਤਾ, ਬਹੁਤ ਬਾਣੀ ਦਾ ਭੰਡਾਰ ਇਕੱਠਾ ਕੀਤਾ। ਦੂਜੇ ਪਾਤਸ਼ਾਹ ਨੂੰ ਗੁਰਿਆਈ ਮਿਲੀ, ਹੁਕਮ ਹੋ ਗਿਆ ਕਿ ਉਸ ਬਾਣੀ ਨੂੰ ਇਕੱਤਰ ਕੀਤਾ ਜਾਵੇ ਗੁਰਮੁਖੀ ਲਿਪੀ ਦਾ। ਉਹਨਾਂ ਨੇ ਸਾਨੂੰ ਗੁਰਮੁਖੀ ਲਿਪੀ ਦਿੱਤੀ ਅਤੇ ਨਾਲ ਭਗਤਾਂ ਦੀ ਬਾਣੀ ਨੂੰ ਇਕੱਠਿਆਂ ਕਰਕੇ ਉਸਦਾ ਅਨੁਵਾਦ ਗੁਰਮੁਖੀ ਵਿੱਚ ਕੀਤਾ। ਤੀਜੇ ਪਾਤਸ਼ਾਹ, ਚੌਥੇ ਪਾਤਸ਼ਾਹ ਅਤੇ ਪੰਜਵੇਂ ਪਾਤਸ਼ਾਹ ਨੇ ਬਾਣੀ ਸਾਰੀ ਇਕੱਤਰਿਤ ਕਰਕੇ ਗ੍ਰੰਥ ਦੀ ਸਥਾਪਨਾ ਕੀਤੀ। ਜਦੋਂ ਗ੍ਰੰਥ ਦੀ ਸਥਾਪਨਾ ਹੋ ਰਹੀ ਸੀ ਤੇ ਸਮੇਂ ਦਾ ਪਾਤਸ਼ਾਹ ਆਪਣੇ ਆਪ ਨੂੰ ਬਹੁਤ ਵੱਡਾ ਲਿਖਾਰੀ ਸਮਝਦਾ ਸੀ। ਉਸਨੂੰ ਪਤਾ ਲੱਗਿਆ ਕਿ ਸਿੱਖਾਂ ਦਾ ਗੁਰੂ ਗ੍ਰੰਥ ਲਿਖ ਰਿਹਾ ਤੇ ਉਸਨੇ ਆਪਣੀਆਂ ਰਚਨਾਵਾਂ ਭੇਜਤੀਆਂ ਕਿ ਇਹ ਰਚਨਾਵਾਂ ਇਸ ਗ੍ਰੰਥ ਦੇ ਵਿੱਚ ਅੰਕਿਤ ਕਰ ਦਿਓ, ਇਸ ਕਰਕੇ ਕਿ ਜਦੋਂ ਸਿੱਖ ਇਸਦਾ ਪਾਠ ਕਰਨਗੇ ਮੇਰੀਆਂ ਰਚਨਾਵਾਂ ਵੀ ਪੜ੍ਹਨਗੇ ਤੇ ਨਾਲ ਮੈਨੂੰ ਨਤਮਸਤਕ ਵੀ ਹੋਣਗੇ। ਤੇ ਪੰਚਮ ਪਾਤਸ਼ਾਹ ਨੇ ਇਹ ਕਹਿ ਕੇ ਜਵਾਬ ਦਿੱਤਾ ਕਿ ਕਿਸੇ ਵਿਅਕਤੀ ਦੀ ਇਸ ਵਿੱਚ ਕੋਈ ਵੀ ਕਵਿਤਾ ਜਾਂ ਕੋਈ ਵੀ ਲਿਖਤ ਉਹ ਇਸ ਵਿੱਚ ਅੰਕਿਤ ਨਹੀਂ ਹੋ ਸਕਦੀ, ਇਸ ਵਿੱਚ ਕੇਵਲ ਤੇ ਕੇਵਲ ਗੁਰੂ ਅਕਾਲ ਪੁਰਖ ਦੀ ਬਾਣੀ ਹੀ ਅੰਕਿਤ ਕੀਤੀ ਜਾ ਸਕਦੀ ਹੈ। ਉਸ ਸਮੇਂ ਦੇ ਪਾਤਸ਼ਾਹ ਨੇ ਰੂਹ ਦੇ ਵਿੱਚ ਆ ਕੇ ਜਦੋਂ ਕਿ ਲੰਗਰ ਚੱਲਦਾ ਸੀ, ਦਸਵੰਧ ਆਉਂਦਾ ਸੀ, ਉਸ ਦੇ ਉੱਤੇ ਜਰੀਆ ਟੈਕਸ ਵੀ ਲਾਤਾ। ਉਸ ਤੋਂ ਬਾਅਦ ਆਪਾਂ ਕਹਿ ਦਿੰਦੇ ਹਾਂ ਕਿ ਚੰਦੂ ਦੀ ਗੱਲ ਆਈ ਤੇ ਪੰਚਮ ਪਾਤਸ਼ਾਹ ਨੂੰ ਧਰਤੀ ਤਵੀ ਤੇ ਬੈਠਣਾ ਪਿਆ, ਉਹਨਾਂ ਨੇ ਸਿਧਾਂਤ ਨਾਲ ਸਮਝੌਤਾ ਨਹੀਂ ਕੀਤਾ। ਦਸਵੇਂ ਪਾਤਸ਼ਾਹ ਜਦੋਂ ਯੁੱਗਾਂ ਤੋਂ ਵਿਹਲੇ ਹੋਏ ਦਮਦਮਾ ਸਾਹਿਬ ਦੀ ਧਰਤੀ ਤੇ, ਉਹਨਾਂ ਨੇ ਗ੍ਰੰਥ ਸਾਹਿਬ ਨੂੰ ਮੰਗਾਇਆ ਤੇ ਗੁਰੂ ਘਰ ਦੇ ਧੀਰ ਮਲੀਏ ਤੇ ਰਾਮ ਰਾਈਆਂ ਕੋਲ ਗੁਰੂ ਗ੍ਰੰਥ ਸਾਹਿਬ ਸੀ, ਉਹਨਾਂ ਦਿਨਾਂ 'ਚ ਗ੍ਰੰਥ ਸੀ, ਗੁਰੂ ਗ੍ਰੰਥ ਸਾਹਿਬ ਨਹੀਂ ਸੀ। ਉਹਨਾਂ ਨੇ ਕਹਿ ਕੇ ਜਵਾਬ ਦਿੱਤਾ ਕਿ ਜੇ ਐਡਾ ਵੱਡਾ ਗੁਰੂ ਹੈ ਤਾਂ ਫਿਰ ਗ੍ਰੰਥ ਆਪ ਰਚ ਲਏ, ਇਹ ਗ੍ਰੰਥ ਨਹੀਂ ਦਿੱਤਾ ਜਾ ਸਕਦਾ। ਤੇ ਦਸਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਤੇ ਭਾਈ ਮਨੀ ਸਿੰਘ ਤੋਂ ਲਿਖਵਾਇਆ ਗਿਆ। ਜਦੋਂ ਇਹ ਗ੍ਰੰਥ ਸਾਹਿਬ ਦੀ ਸਥਾਪਨਾ ਹੋਈ ਤਾਂ ਉਹ ਗ੍ਰੰਥ ਜਿਹੜਾ ਸੀ ਉਹ ਲੜੀਵਾਰ ਸੀ ਤੇ ਭਾਈ ਮਨੀ ਸਿੰਘ ਨੇ ਪਦ ਛੇਦ ਕਰਤਾ ਜਿਹੜਾ ਪਦ ਕੰਮ ਪਾਠ ਕਰਦੇ ਹਾਂ। ਤੇ ਗੁਰੂ ਸਾਹਿਬ ਨੇ ਕਹਿ ਦਿੱਤਾ ਭਾਈ ਤੂੰ ਤਾਂ ਸਾਡੀ ਅੰਗ ਘੱਟ ਤੇ ਤੈਨੂੰ ਹੁਣ ਇਸ ਵਕਤ ਜਿਹੜਾ ਜਿਹੜਾ ਤੇਰਾ ਜੋ ਜਾਣਾ ਤੈਨੂੰ ਬੰਦ ਬੰਦ ਕਟਵਾਉਣਾ ਪਊਗਾ। ਤੇ ਉਹਨਾਂ ਨੇ ਕਟਵਾਏ। 239 ਸਾਲ ਦੇ ਸਮੇਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਹੋਈ ਤੇ ਹਰ ਸਿੱਖ ਕੋਈ ਵੀ ਕਾਰਜ ਕਰਦਾ ਹੈ, ਖੁਸ਼ੀ ਦਾ ਹੋਵੇ ਗਮੀ ਦਾ ਹੋਵੇ, ਤੇ ਉਹ ਆਸਰਾ ਗੁਰੂ ਗ੍ਰੰਥ ਸਾਹਿਬ ਦਾ ਲਿਆ ਜਾਂਦਾ। ਤੇ ਖਾਲਸਾ ਜੀ ਦੁੱਖ ਨਾਲ ਕਹਿਣਾ ਪੈਂਦਾ ਸਾਡਾ ਗੁਰੂ ਕਹਿੰਦੇ ਚੋਰੀ ਹੋ ਗਿਆ, ਕਿਡਨੈਪ ਹੋਇਆ, ਕਿਉਂਕਿ ਦਸਵੇਂ ਪਾਤਸ਼ਾਹ ਨੇ ਜਦੋਂ ਗੁਰਿਆਈ ਦਿੱਤੀ ਹੈ ਕਹਿ ਦਿੱਤਾ ਸੀ ਕਿ ਮੇਰੀ ਆਤਮਾ ਦੇ ਵਿੱਚ ਹੈ। ਤੇ ਅਸੀਂ ਆਪ ਹੁਣ ਵੀ ਦੋਹਾ ਪੜ੍ਹਿਆ, ਗੁਰੂ ਮੰਨੋ ਗ੍ਰੰਥ ਸਾਰੇ ਪੜ੍ਹ ਕੇ ਹਟੇ, ਚੋਰੀ ਕਰ ਲਿਆ ਗਿਆ। ਉਸ ਤੋਂ ਬਾਅਦ ਪੋਸਟਰ ਲਾ ਕੇ ਇੱਕ ਬਗਾੜੀ ਪਿੰਡ ਦੇ ਵਿੱਚ, ਇੱਕ ਮਿੰਟ ਜੀ ਮੈਂ ਮੈਂ ਬੇਨਤੀ ਕਰਾਂਗਾ ਕਿ ਅਸੀਂ ਰਾਜਨੀਤਿਕ ਅਜਿਹੀਆਂ ਗੱਲਾਂ ਨਾ ਇੱਥੇ ਕਰੀਏ ਜਿੰਨੀਆਂ ਗੱਲਾਂ ਸਾਡਾ ਪੂੰਜੀਪਤ ਭਾਸ਼ਣ ਨਾਲ ਅਸੀਂ ਬਾਪੂ ਜੀ ਜਾਂ ਪਰਿਵਾਰ ਦੇ ਨਾਲ ਜਾਂ ਮੌਤ ਨਾਲ ਸੰਬੰਧ ਰਹੀਏ। ਮੇਰੀ ਬੇਨਤੀ ਹੈ ਜੀ, ਇਹ ਕੋਈ ਰਾਜਨੀਤਿਕ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਦੀ ਗੱਲ ਆ, ਮਾਫ ਕਰਨਾ। ਉਹਨਾਂ ਨੂੰ ਇਸ ਤਰੀਕੇ ਨਾਲ ਖੰਡਾ ਦਿੱਤਾ ਗਿਆ, ਬਹੁਤ ਕੁਛ ਹੋਇਆ। ਕਿਉਂਕਿ ਮੈਂ ਇਸ ਕਰਕੇ ਗੱਲ ਕੀਤੀ ਹੈ ਕਿ ਬਾਪੂ ਜੀ ਗੁਰੂ ਦੇ ਬਾਣੀ ਦੇ ਧਾਰਨੀ ਸੀ, ਗੁਰੂ ਗ੍ਰੰਥ ਸਾਹਿਬ ਉਹਨਾਂ ਦਾ ਇਸ ਸੀ, ਉਹਨਾਂ ਦਾ ਗੁਰੂ ਸੀ। ਤੇ ਜੇ ਆਪਾਂ ਖਾਲਸਾ ਜੀ ਆਪਣੇ ਗੁਰੂ ਦੀ ਸੰਭਾਲ ਵੀ ਨਾ ਕਰ ਸਕੇ ਤਾਂ ਫਿਰ ਆਪਾਂ ਗੁਰੂ ਦੇ ਸਿੱਖ ਹੋਣ ਦੇ ਹੱਕਦਾਰ ਨਹੀਂ ਹਾਂ। ਮੇਰੀ ਬੇਨਤੀ ਹੈ ਕਿ ਅੱਜ ਵੀ ਗੁਰੂ ਦੀ ਬਾਣੀ ਤੇ ਗੁਰੂ ਦੇ ਬਾਣੀ ਤੇ ਬਹੁਤ ਹਮਲੇ ਨੇ, ਉਹਨਾਂ ਤੋਂ ਸੁਚੇਤ ਹੋ ਗਏ, ਭਾਵਾਂ ਕੋਈ ਵੀ ਕਿਸੇ ਵੀ ਪਾਰਟੀ ਦੇ ਵਿੱਚ ਆ, ਮੇਰਾ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ। ਮਾਫ ਕਰਨਾ, ਪਹਿਲਾਂ ਸਿੱਖ ਹਾਂ, ਰਾਜਨੀਤਿਕ ਬਾਅਦ ਚਾਰ, ਕਿਸੇ ਵੀ ਪਾਰਟੀ ਨਾਲ ਕੋਈ ਸੰਬੰਧ ਕਰੋ, ਮੈਨੂੰ ਇਸ ਗੱਲ ਨਾਲ ਕੋਈ ਇਤਰਾਜ ਨਹੀਂ, ਮੈਨੂੰ ਕਿਸੇ ਦਾ ਕਟਾਸ ਨਹੀਂ ਹੈ। ਆਪਾਂ ਸਹੀ ਮਾਇਨੇ 'ਚ ਜੇ ਗੁਰੂ ਦੇ ਸਿੱਖ ਹੈ, ਜੇ ਆਪਾਂ ਸਹੀ ਮਾਇਨੇ 'ਚ ਬਾਪੂ ਮਹਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਆਏ ਹਾਂ, ਤਾਂ ਆਪਾਂ ਗੁਰੂ ਦੇ ਲੜ ਲੱਗੀਏ, ਗੁਰੂ ਦਾ ਸਤਿਕਾਰ ਕਰੀਏ, ਗੁਰੂ ਦੀ ਬਾਣੀ ਅਤੇ ਬਾਣੀ ਜੇ ਧਾਰਨੀ ਹੋਈ ਹੈ ਅਤੇ ਜਿਹੜੇ ਲੋਕ ਗੁਰੂ ਦੀ ਬਾਣੀ ਦਾ ਅਪਮਾਨ ਕਰਨਾ ਚਾਹੁੰਦੇ ਆ ਉਹਨਾਂ ਦਾ ਮੂੰਹ ਤੋੜਵਾਂ ਜਵਾਬ ਦਈਏ, ਇਹੀ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਏਗੀ। ਅੰਤ ਦੇ ਵਿੱਚ ਕਬੀਰ ਸਾਹਿਬ ਦੇ ਉਸ ਸਲੋਕ ਦੇ ਨਾਲ, ਕਹਿਤ ਕੀ ਕਹਿਤ ਕਬੀਰ ਸੁਣੋ ਰੇ ਸੰਤੋ, ਖੇਤੀ ਕਰੋ ਨਵੇਰਾ, ਅਬ ਕੀ ਵਾਰ ਬਖਸ਼ ਬੰਦੇ ਕੋ, ਬਹੁਤ ਨਾ ਪਵਜਲ ਤੇਰਾ। ਸੱਚੇ ਪਾਤਸ਼ਾਹ ਜਿੰਨਾ ਮੈਨੂੰ ਪਤਾ ਹੈ
ਸਾਡੇ ਬਜ਼ੁਰਗਾਂ ਨੇ ਕਦੇ ਕਿਸੇ ਨਾਲ ਕੋਈ ਅਨਿਆਂ ਨਹੀਂ ਕੀਤਾ, ਕਿਸੇ ਨਾਲ ਦੁੱਖ ਦੀ ਗੱਲ ਨਹੀਂ ਕੀਤੀ, ਕਿਸੇ ਦਾ ਜਿੰਨਾ ਭਲਾ ਹੋ ਸਕਿਆ ਭਲਾ ਕੀਤਾ, ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼, ਪਰਿਵਾਰ ਨੂੰ ਸਿੱਖੀ ਸਿਰ ਭਰੋਸਾ ਨਾ ਬਣ ਦੀ ਦਾਤ ਦੇ ਕੇ ਆਪਣੇ ਆਪਣੇ ਕਰਨਾ ਨਾਲ ਜੋੜ ਕੇ ਰੱਖ। ਇਹ ਹੀ ਸੱਚੀ ਸੁਖੀ ਸਲਾਹੀ ਹੈ। ਇਹਨਾਂ ਕਹਿੰਦਾ ਕਮਾਂ ਦਾ ਜਾਇਸ਼ਕਾ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਬਹੁਤ ਧੰਨਵਾਦ। ਮੈਂ ਵਧੀਆ ਥਾ ਮੈਂ ਹੈ, ਗਰੀਬ ਹੈ, ਭਗਤ ਹੈ, ਚੋਰ ਹੈ, ਕੋਈ ਵੀ ਹੈ, ਸਭ ਨੇ ਉਸ ਅਕਾਲ ਪੁਰਖ ਦੇ ਹੁਕਮ ਮੁਤਾਬਕ ਚਲੇ ਜਾਣਾ। ਜਿੱਥੇ ਤੱਕ ਸਰਦਾਰ ਮਹਿੰਦਰ ਸਿੰਘ ਜੀ ਕਰੀਬ 83 ਵਰ੍ਹਿਆਂ ਦੀ ਉਮਰ ਬਤੀਤ ਕਰਕੇ ਆਪਣੇ ਪਿੱਛੇ ਆਪਣੀ ਧਰਮ ਪਤਨੀ ਮਾਤਾ ਸੁਰਜੀਤ ਕੌਰ, ਚਾਰੇ ਪੁੱਤਰ ਅਜੈਬ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ ਅਤੇ ਬਲਦੀਪ ਸਿੰਘ ਅਤੇ ਪੋਤੇ ਪੋਤੀਆਂ ਅਤੇ ਵੱਸਦੇ ਰਸਦੇ ਵੱਖ ਵੱਖ ਚੈਨਲ ਕਵਰੇਜ ਕਰ ਰਹੇ ਹਾਂ, ਜਿਹੜੀ ਦੇਸ਼ ਵਿਦੇਸ਼ ਦੇ ਵਿੱਚ ਸਾਰਾ ਟੈਲੀਕਾਸਟ ਹੋਣਾ। ਮੈਂ ਇਸ ਗੱਲ ਕਰਕੇ ਸਾਰੇ ਬੁਲਾਰੇ ਨੂੰ ਬੇਨਤੀ ਕਰਾਂਗਾ, ਪਹਿਲਾਂ ਮੇਰਾ ਕਹਿਣ ਤੋਂ ਭਾਵ ਇਹੀ ਸੀ ਕਿ ਆਪਾਂ ਪੂੰਜੀਵਾਦ ਅਤੇ ਛੋਟਾ ਭਾਜੀ ਕਰੀਏ ਤਾਂ ਕਿ ਪਰਿਵਾਰ ਦਾ ਇਮੇਜ ਚੰਗਾ ਬਣ ਸਕੇ। ਹੁਣ ਮੈਂ ਬੇਨਤੀ ਕਰਾਂ ਸੁਰਿੰਦਰ ਕੁੰਦਰਾ ਜੀ 2 ਮਿੰਟ ਲਈ, ਪ੍ਰਧਾਨ ਹੈ ਕਾਂਗਰਸ ਕਮੇਟੀ ਬਲੋਕ ਮਾਛੀਵਾੜਾ ਦੇ, ਉਹਨਾਂ ਦੇ ਵੀ ਪਰਿਵਾਰ ਦੇ ਬਾਰੇ ਨਜ਼ਦੀਕੀ ਸੰਬੰਧ ਹੈ, ਮੈਂ ਉਹਨਾਂ 2 ਮਿੰਟ ਲਈ ਬਾਪੂ ਜੀ ਸ਼ਬਦਾਂ ਨੂੰ ਦੇ ਕੇ ਮਤਾਓ। ਭੈਣੋ, ਬਜ਼ੁਰਗੋ ਅਤੇ ਭਰਾਓ, ਅੱਜ ਆਪਾਂ ਸਾਰੇ ਉਸ ਮਹਾਨ ਪ੍ਰਦੇਸ਼ ਸ਼ਖਸੀਅਤ ਸਰਦਾਰ ਮਹਿੰਦਰ ਸਿੰਘ ਜੀ ਪੰਧੇਰ, ਜੋ ਕਿ ਆਪਣੇ ਹੱਸਦੇ ਉਸਦੇ ਪਰਿਵਾਰ ਨੂੰ ਔਰ ਉਸ ਫੁਲਵਾੜੀ ਨੂੰ ਸਿੰਜਦੇ ਹੋਏ ਉਸ ਗੁਰੂ ਚਰਨਾਂ ਦੇ ਵਿੱਚ ਜਾ ਬਰਾਜੇ ਹੈ, ਆਪਾਂ ਸਾਰੇ ਦੋਸਤ ਮਿੱਤਰ, ਕਿਉਂਕਿ ਜਦੋਂ ਇੱਕ ਪਰਿਵਾਰ ਦੇ ਵਿੱਚੋਂ ਇੱਕ ਤੋਂ ਸਾਡੇ ਇਲਾਕੇ ਦੀ ਨੌਵਾਂ ਸਰਕਾਰ ਜੋ ਸਤਨਾਇਕ ਸਿੰਘ ਜੀ ਕਹਿੰਦੀ ਬੈਠੇ ਆ, ਉਹਨਾਂ ਦਾ ਬੱਚੇ ਨਾਲ ਉਹਨਾਂ ਦੇ ਗੁਰੂ ਜੀ ਦੀ ਸਾਡੀ ਸੰਗਤ ਜੀਓ, ਬਹੁਤ ਹੀ ਸਤਿਕਾਰਯੋਗ ਸਰਦਾਰ ਮਹਿੰਦਰ ਸਿੰਘ ਜੀ ਦੀ ਅੰਤਿਮ ਅਰਦਾਸ ਦੀ ਚਰਚ ਆਪਾਂ ਸ਼ਾਮਿਲ ਹੋਏ ਹਾਂ। ਮੈਂ ਤਾਂ ਇਹੀ ਜਾਣਦੀ ਹਾਂ ਜੀ ਕਿ ਜ਼ਿੰਦਗੀ ਜੀਣ ਦੇ ਦੋ ਹੀ ਤਰੀਕੇ ਨੇ, ਕਈ ਵਾਰੀ ਤਾਂ ਅਸੀਂ ਜ਼ਿੰਦਗੀ ਢੋ ਕੇ ਲੰਘ ਜਾਂਦੇ ਹਾਂ, ਪਰ ਕਈ ਵਾਰੀ ਜ਼ਿੰਦਗੀ ਇਸੇ ਤਰ੍ਹਾਂ ਦੀ ਹੁੰਦੀ ਹੈ ਕਿ ਅੱਜ ਅਸੀਂ ਸਾਡੇ ਬਜ਼ੁਰਗਾਂ ਨੂੰ ਯਾਦ ਕਰ ਰਹੇ ਹਾਂ। ਕੁਝ ਐਸੀਆਂ ਰੂਹਾਂ ਪਹਿਲਾਂ ਬੁਲਾਰਿਆਂ ਨੇ ਮੌਤ ਦੇ ਵਿਸ਼ੇ 'ਤੇ ਸਰਦਾਰ ਮਹਿੰਦਰ ਸਿੰਘ ਜੀ ਸ਼ਖਸੀਅਤ ਬਾਰੇ ਬੜੀ ਚੰਗੀ ਤਰ੍ਹਾਂ ਦੱਸ ਦਿੱਤਾ। ਵੈਸੇ ਸਮਾਂ ਨਹੀਂ ਕਿ ਅੱਜ ਇਸ ਪਰਿਵਾਰ ਦੀ ਸ਼ਿਫਤ ਕੀਤੀ ਜਾਵੇ ਜਾਂ ਸਰਦਾਰ ਮਹਿੰਦਰ ਸਿੰਘ ਬਾਰੇ ਦੱਸਿਆ ਜਾਵੇ ਕਿ ਉਹ ਕਿੱਡੇ ਮਿਹਨਤੀ ਸਨ ਅਤੇ ਇਸ ਪਰਿਵਾਰ ਨੂੰ ਬਾਹਰੋਂ ਆਏ ਪੰਜ ਸਰਪੰਚ ਮੇਰੀਆਂ ਬੀਬੀਆਂ ਭੈਣਾਂ ਮਾਤਾਵਾਂ ਵੀ ਕਰੋ ਆਪਾਂ ਸਾਰਿਆਂ ਨੇ ਸਰਦਾਰ ਮਹਿੰਦਰ ਸਿੰਘ ਜੀ ਦੇ ਜੀਵਨੀ ਬਾਰੇ ਸੁਣਿਆ, ਜੋ ਕਿ ਇਸ ਤੋਂ ਉੱਤੇ ਕੁਛ ਨਹੀਂ ਕਿਹਾ ਜਾ ਸਕਦਾ। ਜੋ ਇਹਨਾਂ ਨੇ ਸਿੱਖਿਆ ਦਿੱਤੀ ਆਪਣੇ ਪਰਿਵਾਰ ਨੂੰ, ਉਹ ਵਪਾਰ ਵੱਸ ਵਾਚੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਫਲ ਵਾਚੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਣਾ ਨਾਲੇ ਸਾਹਮਣੇ ਲੱਗਿਆ ਹੋਇਆ, ਗੁਰੂ ਦਾ ਲੰਗਰ ਤਿਆਰ ਹੈ, ਚਾਹ ਦਾ ਲੰਗਰ ਤਿਆਰ ਹੈ, ਹੋਰ ਮੇਰੇ ਪਾਸ ਕਾਫੀ ਬੁਲਾ ਰਹੇ ਨੇ, ਕਲਰ ਸਾਹਿਬ ਹੋਰ ਮਾਛੀ ਵਾਟਰ ਕਾਫੀ ਬੁਲਾ ਰਹੇ ਨੇ, ਜਿਸ ਨਾਲ ਧੋਖਿਆਂ ਨੂੰ ਜਾਗਣਾ ਕਰਦਾ। ਮੇਰੇ ਕੋਲ ਸਾਥ ਦੁੱਖ ਦਾ ਸੰਦੇਸ਼ ਲੈ ਕੇ ਰਣੀ ਆ ਪਹਿਲ ਸਿੰਘ ਜੀ ਔਜਲਾ ਸਾਹਿਬ, ਪ੍ਰਧਾਨ ਸੱਚਾ ਸੱਤਾ ਸਿੰਘ, ਉਹਨਾਂ ਦੀ ਮੈਂ ਬੜਾ ਵਾਰੀ ਹਾਂ। ਪਰਿਵਾਰ ਵੱਲੋਂ ਪੁੱਤੀ ਗੰਢ ਪਵੇ ਸੰਸਾਰ, ਚਲੋ ਨਮਸਕਾਰ।
हाँ जी बापू, मैं रिटायर्ड प्रिंसीपल हाँ, सासवाद सिंह मेरा नाम है। मैं साहब महिंदर सिंह जिन्हों का अज अंतम अरदास हो रही है उन्होंने परिवार के नाल बहुत पुराना जुड़िया होया हाँ, क्योंकि ये साडे इलाके के बहुत ही सत्कारे काबिल दानी पुरश होए ने। इन्हां दे नाम बड़ी मेहनत करके इलाके विच अपना चंगी सोभा ते नाम खटिया है। इन्हां दा जन्म 1932 विच कूली पिंड जो लैलपुर दे विच उत्थे जन्म होया सी। ये परिवार से जिहड़े इन्हां दे बजुर्ग सन वह दराहे कोलों कूली परिवार तो पाकिस्तान गए सन, उत्थे नवीं इन्हां ने बहुत ज़्यादा मेहनत करके जमीन नूं जरखेज बनाया। कुदरती उस पिंड का नाम ही कूली भी पै गया। देश के जो 1947 के मगरों देश की वंड हुई फिर इन्हों अलॉटमेंट इत्थे हुई। इन्हों दे सत्कार जो पिता सा हरनाम सिंह जी के दो सपुत्र सन साहब महिंदर सिंह ते साहब गुरमुख सिंह, उन्होंने मिल के अपने बच्चों के नाल बड़ी मेहनत की। इलाका बेड़दा सी, बहुत पछड़िया हुआ इलाका सी, आउण जाण दे इत्थे साधन नहीं सन, अते दरिया सतलुज जिहड़ा उहदी मार हेठ सारा इलाका सी। फिर भी इन्हां ना इन्ना माड़ा इलाका होने के नाते अपना दिल नहीं छड्डिया। कोई लगभग मेहनत मशक्कत करके 80 किले जमीन इन्हां ने होर खरीद के कोई लगभग 140 किले जमीन साढ़े इलाके इन्हां ने बनाई। अपने बच्चों निम्रता मिलवरतों सहजता इमानदारी मेहनत दे पाठ पढ़ाया। वो नितनेमी सन, हर रोज़ सवेरे तड़क सार के सी इनान करके गुरु महाराज का आशीर्वाद लेके अपना काम कार शुरू करते सन। इलाके भी नाम बाणी नाल जोड़न वध तो वध प्रेरित करते रहिंदे सन। जदों भी कोई किसी तरह की इलाके की सहायता की गल आई, चाहे वह टूरनामेंट ने, चाहे मैडिकल कैंप लगना है, चाहे कोई धार्मिक स्थान के उत्ते कोई गुरबाणी का प्रवाह चलना है, इन्होंने दिल खोल के बहुत ज़्यादा इलाके की संगत का इन्होंने आर्थिक मदद की। उन्होंने बच्चों लिए भी विद्या का प्रेरणा स्रोत बने जिन्होंने को पैसा धेला नहीं सी है। उन्होंने बदौलत ही अज पुत्ती गंढ पवे संसार। अज उन्होंने चारे पुत्र साहब अजैब सिंह, साहब सुखदेव सिंह, साहब बलदेव सिंह, साहब मलकीत सिंह साडे इलाके के बहुत ही सत्कारे काबल ने, जिन्हों का साहब अजैब सिंह और उन्होंने बहुत व्डे पंप बहुत ज़्यादा गिणती दे अमरीका दे विच, ते बाकी तिना भरावां दा जिहड़ा कार विहार आ कनेडा दे विच बहुत ज़्यादा वध फुल रहा है। ये हुण भी इलाके की बहुत ज़्यादा सेवा करते हैं। अज का इकट्ठ इस गल का प्रतीक है कि उन्हां दी सेवा इलाके दे नाल किड्डा मिलवरतों सी। भावें अज मौसम ने साथ नहीं दिता है, कुछ सज्जन मित्रां लई असुविधा भी हो रही है, पर अज दा विशाल इकट्ठ तुसीं देखदे हो कि उन्हां दी दसनौहं दी जिहड़ी किरत है, जो उन्हां विच सहजता सी, जो उन्हां विच निम्रता सी, जो उन्हां विच इमानदारी सी, अज इत्थे उन्हां दी आड़ता चलदियां ने। उन्हां दी फलवाड़ी जिहड़ी जिवें गुरबाणी विच अंकित है, पुत्ती गंढ पवे संसार बाणियां कहानियां पुत सपूत करेन, अज देश विदेश उन्हां दी फलवाड़ी जिथे खुशबू बन रही है, इत्थे भी इंडिया दे विच उन्हां दा बहुत वड्डा कार विहार है। असीं समुची साध संगत अज परमात्मा दे चरणां विच यही बेनती करते हाँ कि हे महाराज, उस शख्सियत नूं जिन्हां इलाके की अणथक सेवा की है उन्हूं परमात्मा अपने चरणों में निवास बख्शी, उन्होंने पुत्रां नूं इस इलाके की पिछड़े हुए इलाके की सेवा करन दा बल बख्शी। परमात्मा करे कि उन्हां दी फलवाड़ी वधदी फुलदी रहे, वेद के पिछड़े इलाके एक सहायक सिद्ध हुंदी रहे। इन्ने शब्द पाउण करने धन्नवाद। तुसीं अपना नाम बोलना? मैं उन्हां दा सपुत्र सरदार मलकीत सिंह, सरदार महिंदर सिंह दा सपुत्र मैं मलकीत सिंह बोलदा हाँ। मैं आई हुई संगत का सारी का दिलों तह दिलों धन्नवाद करदा जो इदा के मौसम के संगत पहुँची आ और नगर पहुँचे ने, पंचायतां पहुँचियां ने, ढिडों साहब पहुँचे ने, MLA पहुँचे ने, सारे का मैं तह दिलों धन्नवाद करदा हाँ आई संगत का। वाहिगुरू जी का खालसा, वाहिगुरू जी की फतह। मैं सुखदेव सिंह, पिंड फतेहगढ़ जट्टा। मेरे पिता जी सरदार महेंद्र सिंह जी बहुत ही साडा मान योग पिता जी सी, ते बाकी उन्हां दा अंतम संस्कार ते जो भी संगत इत्थे पहुंची आ ते उन्हां दा तहे दिलों धन्नवाद करदा हां।